ਪਾਸੂਜੀ ਕੰਪੀਟੀਸ਼ਨ ਬਿਊਰੋ ਜਿਹੜਾ ਕੈਨੇਡਾ ਦਾ ਉਹਨਾਂ ਨੇ ਫੈਡਰਲ ਅਦਾਲਤ ਤੋਂ ਇੱਕ ਕੋਰਟ ਆਰਡਰ ਹਾਸਲ ਕਰ ਲਿਆ ਹੈ ਜਿਹਦੇ ਰਾਹੀਂ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਨੂੰ ਫੈਡਰਲ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਉਹ ਕੰਪੀਟੀਸ਼ਨ ਬਿਊਰੋ ਨਾਲ ਕੋਈ ਜਾਣਕਾਰੀ ਤੇ ਕੁਝ ਡਾਕੂਮੈਂਟਸ ਸਾਂਝੇ ਕਰਨ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਇਹ 1.6 ਲੱਖ ਰੀਅਲਟਰਸ ਦੀ ਇੱਕ ਬਾਡੀ ਆ ਐਸੋਸੀਏਸ਼ਨ ਕੈਨੇਡਾ ਦੇ ਵਿੱਚ ਰੀਅਲਟਰਸ ਦੀ ਸਭ ਤੋਂ ਵੱਡੀ ਇੱਕ ਆਰਗੇਨਾਈਜੇਸ਼ਨ ਆ ਤੇ ਮਾਮਲਾ ਹੈਗਾ ਰੀਅਲ ਏਸਟੇਟ ਦੇ ਵਿੱਚ ਕਮਿਸ਼ਨਸ ਦਾ ਦ ਰੀਅਲ ਏਸਟੇਟ ਦੇ ਵਿੱਚ ਕੰਪੀਟੀਸ਼ਨ ਨੂੰ ਲੈ ਕੇ ਕੰਪੀਟੀਸ਼ਨ ਬਿਊਰੋ ਨੂੰ ਕੁਝ ਖਦਸ਼ੇ ਨੇ ਹਾਲਾਂਕਿ ਦੇਖੋ ਜਿਹੜੀਆਂ ਦੋ ਚੀਜ਼ਾਂ ਉਹ ਪ੍ਰਮੁੱਖ ਤੌਰ ਤੇ ਜਿਹੜੀ ਹਾਈਲਾਈਟ ਕਰ ਰਹੇ ਨੇ ਇੱਕ ਤੇ ਇਹ ਹੈ ਕਿ ਕੀ ਕੈਨੇਡੀਅਨ ਰੀਅਲ ਏਸਟੇਟ ਅਸੋਸੀਏਸ਼ਨ ਦੀਆਂ ਨੀਤੀਆਂ ਉਹ ਕੰਪੀਟੀਸ਼ਨ ਨੂੰ ਰੋਕਦੀਆਂ ਨੇ ਉਹਦੇ ਵਿੱਚ ਰੁਕਾਵਟ ਬਣਦੀਆਂ ਨੇ ਐਜ਼ ਇਨ ਕਿ ਉਹ ਜ਼ਿਆਦਾ ਕੰਪੀਟੀਸ਼ਨ ਔਨ ਦੇ ਵਿੱਚ ੜੀਕਾ ਬਣਦੀਆਂ ਨੇ ਤੇ ਦੂਜੀ ਗੱਲ ਕੀ ਰੂਲਸ ਜਿਹੇ ਨੇ ਜਿਹਦੇ ਕਰਕੇ ਜਿਹੜੀ ਐਮ ਐਲ ਐਸ ਡੀ ਰੀਅਲਟਰ ਡਾਟ ਸੀ ਐਮ ਐਲ ਐਸ ਸਰਵਿਸ ਆ ਵੀ ਉਹ ਤੋਂ ਇਲਾਵਾ ਜੇ ਕਿਸੇ ਹੋਰ ਪਲੇਟਫਾਰਮ ਤੇ ਤੁਸੀਂ ਆਪਣੀਆਂ ਪ੍ਰਾਪਰਟੀਆਂ ਨੂੰ ਅਪਲੋਡ ਕਰਕੇ ਉਹਨਾਂ ਨੂੰ ਮਾਰਕੀਟ ਕਰਨਾ ਉਹਨਾਂ ਨੂੰ ਪ੍ਰੋਮੋਟ ਕਰਨਾ ਤੇ ਉਹ ਮੁਸ਼ਕਲ ਹੋ ਜਾਂਦਾ ਕੰਮ ਕੰਪੀਟੀਸ਼ਨ ਬਿਊਰੋ ਨੇ ਇਹ ਗੱਲ ਸਪਸ਼ਟ ਕੀਤੀ ਹੈ ਵੀ ਅਜੇ ਤੱਕ ਕੋਈ ਰੋਂਗ ਡੂਇੰਗ ਕੋਈ ਇਸ ਤਰ੍ਹਾਂ ਕੋਈ ਉਹਨਾਂ ਵੱਲੋਂ ਕੋਈ ਅਜਿਹੀ ਗੱਲ ਨਹੀਂ ਆਇਡੈਂਟੀਫਾਈ ਕੀਤੀ ਗਈ ਜਿਹਨੂੰ ਮੁਕੰਮਲ ਤੌਰ ਤੇ ਕਿਹਾ ਜਾ ਸਕੇ ਕਿ ਇਹ ਗਲਤ ਹੈ ਪਰ ਉਹ ਇਹਦੀ ਕੋਹ ਪਰਤਾਲ ਜ਼ਰੂਰ ਕਰਨਾ ਚਾਹੁੰਦੇ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਨੇ ਜਿਹੜੇ ਦਸਤਾਵੇਜ਼ ਨੇ ਉਹ ਕੰਪੀਟੀਸ਼ਨ ਬਿਊਰੋ ਤੇ ਸਪੁਰਦ ਕਰਨੇ ਪੈਣਗੇ ਤੇ ਰੀਅਲ ਏਸਟੇਟ ਐਸੋਸੀਏਸ਼ਨ ਦਾ ਵੀ ਕਹਿਣਾ ਕਿ ਅਸੀਂ ਕੋਆਪਰੇਟ ਕਰ ਰਹੇ ਹਾਂ ਤੇ ਪੂਰਾ ਅਸੀਂ ਕਹਿੰਦੇ ਸਾਥ ਦੇਵਾਂਗੇ ਜਿਹੜੀ ਜਾਂਚ ਕਰਨੀਆ ਕਰੋ ਤੇ ਅਜੇ ਤੱਕ ਕੋਈ ਰੋਂਗ ਡੂਇੰਗ ਦੇ ਸੰਕੇਤ ਜਿਹੜੇ ਆ ਐਸ ਯੂ ਪੁਆਇੰਟਡ ਆਊਟ ਵੀ ਉਹ ਕਿਤੇ ਵੀ ਕੋਈ ਆਈਡੈਂਟੀਫਾਈ ਨਹੀਂ ਹੋਏ ਪਰ ਜਾਂਚ ਕੀਤੀ ਜਾ ਰਹੀ ਕੰਪੀਟੀਸ਼ਨ ਬਿਊਰੋ ਵੱਲੋਂ ਇਹਦੇ ਵਿੱਚ ਕੁਝ ਮੁੱਦੇ ਨੇ ਜਿਹੜੀਆਂ ਗੱਲਾਂ ਸਾਰਿਆਂ ਨੂੰ ਪਤਾ ਨੇ ਕਿ ਜਿਹੜਾ ਬਾયર ਉਨੇ ਆਪਣੇ ਏਜੰਟ ਨੂੰ ਡਾਇਰੈਕਟ ਕਮਿਸ਼ਨ ਨਹੀਂ ਦੇਣੀ ਸੋ ਕਮਿਸ਼ਨ ਜਿਹੜੀ ਕਲੈਕਟ ਕੀਤੀ ਜਾਂਦੀ ਹੈ ਸੈਲਰਸ ਦੇ ਏਜੰਟ ਵੱਲੋਂ ਜੀ ਉਹਦੇ ਨਾਲ ਕਹਿੰਦੇ ਕਿ ਇੱਕ ਡਿਸਇਨਸੈਂਟਿਵ ਹੁੰਦਾ ਕਿ ਜਿਹੜਾ ਬਾਏਰ ਹੈ ਜਦੋਂ ਉਹਨੇ ਆਪਣਾ ਏਜੰਟ ਲੱਭਣਾ ਵੀ ਉਹ ਇਦਾਂ ਦਾ ਜੇ ਉਹਨੇ ਕਮਿਸ਼ਨ ਦੇਣੀ ਹੋਵੇ ਡਾਇਰੈਕਟ ਆਪਣੇ ਬਾਏਰ ਏਜੰਟ ਨੂੰ ਉਹ ਇਦਾਂ ਦਾ ਏਜੰਟ ਲੱਭੇਗਾ ਜਿਹੜਾ ਘੱਟ ਕਮਿਸ਼ਨ ਲਏਗਾ ਤੇ ਕਹਿੰਦੇ ਕਮਿਸ਼ਨ ਘਟਾਉਣ ਵਾਸਤੇ ਕੋਈ ਇਨਸੈਂਟਿਵ ਹੀ ਨਹੀਂ ਫਿਰ ਕਿਉਂਕਿ ਕਮਿਸ਼ਨ ਕਲੈਕਟ ਕਰਨੀ ਸੈਲਰ ਦੇ ਏਜੰਟ ਨੇ ਤੇ ਉਹ ਇੰਡਾਇਰੈਕਟ ਹੈ ਸਮਝ ਲਓ ਤੇ ਇਹ ਕਹਿੰਦੇ ਉਹਦੇ ਨਾਲ ਇਨਸੈਂਟਿਵ ਨਹੀਂ ਹੈ ਕਮਿਸ਼ਨ ਨੂੰ ਘਟਾਉਣ ਵਾਸਤੇ ਇੱਕ ਹੋਰ ਚੀਜ਼ ਜਿਹੜੀ ਹਾਈਲਾਈਟ ਕੀਤੀ ਜਾ ਰਹੀ ਹੈ ਕਹਿੰਦੇ ਜਿਹੜੀ realtor.ca ਵੈਬਸਾਈਟ ਹੈ ਉਹ ਸੀਆਰਈਏ ਦੀ ਵੈਬਸਾਈਟ ਹੈ ਤੇ ਕਹਿੰਦੇ ਕਿ ਉਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਕਿ ਜਿਵੇਂ ਕਿ ਕਮਿਸ਼ਨ ਕਿੰਨੀ ਹੈ ਜਿਹੜਾ ਸੈਲਰ ਕੌਣ ਹੈ ਤੋ ਇਹ ਇਨਫੋਰਮੇਸ਼ਨ ਆਮ ਜਿਹੜਾ ਕੋਈ ਬੰਦਾ ਹੈ ਉਹਨੂੰ ਨਜ਼ਰ ਨਹੀਂ ਆਏਗੀ ਵੈਬਸਾਈਟ ਦੇ ਉੱਤੇ ਜਿਹੜੇ ਏਜੰਟਸ ਨੇ ਉਹ ਵੇਖ ਸਕਦੇ ਨੇ ਕਹਿੰਦੇ ਟਰਾਂਸਪੇਰੈਂਸੀ ਦੀ ਘਾਟ ਹੈ ਤੇ ਜਿਹੜੀਆਂ ਰੀਸੈਂਟ ਸੇਲਸ ਨੇ ਇਲਾਕੇ ਦੇ ਵਿੱਚ ਹੋਰ ਕਿੰਨੇ ਕਿਉਂਕਿ ਜੇ ਵਾਸੋ ਜਿਹੜੇ ਵਿਅਕਤੀ ਕੋਲ ਰੀਅਲ ਏਸਟੇਟ ਦਾ ਲਾਇਸੈਂਸ ਨਹੀਂ ਆ ਰੀਅਲਟਰ.ca ਤੇ ਜਾ ਕੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਲਿਸਟਡ ਪ੍ਰਾਪਰਟੀਆਂ ਤੇ ਵੇਖ ਸਕਦੇ ਹੋ ਕਿ ਪ੍ਰਾਪਰਟੀ ਲਿਸਟ ਕਿੰਨੇ ਦੀ ਹੋਈ ਪਰ ਪ੍ਰਾਪਰਟੀ ਲਿਸਟ ਕਿੰਨੇ ਦੀ ਹੋਈ ਤੇ ਵਿਕੇ ਕਿੰਨੀ ਵਿਕੀ ਕਿੰਨੇ ਦੀ ਇਹ ਇਹਦੇ ਵਿੱਚ ਬੜਾ ਫਰਕ ਆ ਉਹ ਜਿਹੜੀ ਜਾਣਕਾਰੀ ਹੈ ਉਹ ਪਬਲਿਕਲੀ ਲੋਕਾਂ ਵਾਸਤੇ ਅਵੇਲੇਬਲ ਨਹੀਂ ਆ ਉਹ ਜਿਹੜੇ ਮੈਂਬਰਸ ਨੇ ਰੀਅਲਟors ਨੇ ਬ੍ਰੋਕਰਸ ਨੇ ਸੇਲਜ਼ ਏਜੰਟਸ ਨੇ ਅਬ੍ਰੋਕਰੇਜਿਸ ਨੇ ਉਹ ਸਿਰਫ ਉਹਨਾਂ ਤੱਕ ਹੀ ਉਹਨਾਂ ਨੂੰ ਹੀ ਅਵੇਲੇਬਲ ਕਰਵਾਈ ਜਾਂਦੀ ਆ ਸੋ ਇਸ ਕਰਕੇ ਜਿਹੜੀ ਇਹ ਜਾਣਕਾਰੀ ਵੀ ਲੋਕਾਂ ਤੱਕ ਹੀ ਹੋਣੀ ਚਾਹੀਦੀ ਹੈ ਕਿ ਨਹੀਂ ਕੰਪੀਟੀਸ਼ਨ ਬਿਊਰੋ ਇਸ ਮਾਮਲੇ ਦੀ ਵੀ ਜਾਂਚ ਕਰ ਰਿਹਾ ਕਿ ਜੇ ਪ੍ਰੋਪਰ ਟਰਾਂਸਪੇਰੈਂਸੀ ਹੋਏਗੀ ਉਹਦੇ ਨਾਲ ਹੋ ਸਕਦਾ ਕਿ ਲੋਕ ਪੀਪਲ ਵਿਲ ਬੀ ਇਨ ਅ ਪੋਜੀਸ਼ਨ ਟੂ ਮੇਕ ਬੈਟਰ ਡਿਸੀਜਨਸ ਤੁਸੀਂ ਡਿਪੈਂਡੈਂਟ ਨਹੀਂ ਰਹੋਗੇ ਜੀ ਕਮਿਸ਼ਨਸ ਵਾਲੀ ਗੱਲ ਆ ਵਾ ਸੋ ਜੇ ਕਮਿਸ਼ਨਸ ਵਾਲੀ ਗੱਲ ਨੂੰ ਲੈ ਕੇ ਸਮੇਂ-ਸਮੇਂ ਸਰ ਕਾਫੀ ਜ਼ਿਆਦਾ ਗੱਲ ਚੱਲਦੀ ਰਹਿੰਦੀ ਆ ਕਮਿਸ਼ਨ ਹੈਗੀ ਆ ਪਰਸੈਂਟੇਜ ਆਫ ਦ ਸੇਲ ਪ੍ਰਾਈਸ ਜਦੋਂ ਘਰ 5 ਲੱਖ ਡਾਲਰ ਦਾ ਸੀ ਉਦੋਂ ਵੀ ਉਹਦੇ ਉੱਪਰ ਉਹ ਪਰਸੈਂਟੇਜ ਦੇ ਮੁਤਾਬਕ ਕਮਿਸ਼ਨ ਕੈਲਕੂਲੇਟ ਹੁੰਦਾ ਸੀ ਜਦੋਂ ਘਰ ਮਿਲੀਅਨ ਡਾਲਰ ਦਾ ਹੋ ਗਿਆ ਉਹਦੇ ਉੱਪਰ ਅਜੇ ਵੀ ਜਿਹੜੀ ਕਮਿਸ਼ਨ ਆ ਉਹ ਪਰਸੈਂਟੇਜ ਦੇ ਹਿਸਾਬ ਨਾਲ ਕੈਲਕੂਲੇਟ ਕੀਤੀ ਜਾ ਰਹੀ ਆ ਹੁਣ ਜੇ ਐਗਜ਼ਾਮਪਲ ਲਈਏ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੇ 1 ਲੱਖ ਡਾਲਰ ਤੇ 7% ਕਮਿਸ਼ਨ ਹੋਇਆ ਕਰਦਾ ਜਿਹੜਾ ਬਾਕੀ ਦਾ ਬੈਲੈਂਸ ਆ ਉਹਦੇ ਤੇ 3.22% ਸਮਥਿੰਗ ਲਾਈਕ ਦੈਟ ਐਨਾ ਇਦਾਂ ਦਾ ਕਮਿਸ਼ਨ ਹੋਇਆ ਕਰਦਾ ਉਹਦੇ ਵਿੱਚੋਂ ਜਿਹੜਾ ਅੱਧਾ ਕਮਿਸ਼ਨ ਆ ਉਹ ਜਿਹੜਾ ਬਾਇਰ ਦਾ ਏਜੰਟ ਆ ਉਹਨੂੰ ਆਫਰ ਕੀਤਾ ਜਾਂਦਾ ਤੇ ਜਿਵੇਂ ਲਾਈਕ ਯੂ ਮੈਂਸ਼ਨਡ ਹੁਣ ਜਿਹੜਾ ਕੋਈ ਖਰੀਦਦਾਰ ਜਿਹਨੇ ਘਰ ਖਰੀਦਣਾ ਉਹਨੂੰ ਇਹ ਦੇਖਣ ਦੀ ਲੋੜ ਨਹੀਂ ਕਿ ਕੋਈ ਕੀ ਕੋਈ ਅਜੇਹਾ ਰੀਅਲਟਰ ਵੀ ਹੈ ਜਿਹੜਾ ਮੈਨਰਲ ਘੱਟ ਕਮਿਸ਼ਨ ਤੇ ਕੰਮ ਕਰਨ ਨੂੰ ਤਿਆਰ ਹੋ ਜਵੇ ਕਿਉਂਕਿ ਜਿਹੜਾ ਕਮਿਸ਼ਨ ਆ ਉਹ ਤਾਂ ਦੂਜੇ ਪਾਸੇੋਂ ਜਿਹੜੀ ਪੂਰੀ ਜਦੋਂ ਕਾਗਜ਼ਾਂ ਦੀ ਆ ट्रांजैक्शन ਹੋਣੀ ਉਹਦੇ ਵਿੱਚੋਂ ਘਟ ਘਟਾ ਕੇ ਆ ਜਾਣਾ ਉਹ ਸੈਲਰ ਵਾਲੇ ਪਾਸੇ ਆਉਣਾ ਹੁਣ ਜੇ ਅਸੀਂ ਐਗਜ਼ਾਮਪਲ ਲੈਨੇ ਆ BC ਦੇ ਵਿੱਚ ਜੇ 1 ਮਿਲੀਅਨ ਡਾਲਰ ਦਾ ਘਰ ਆ ਤੇ ਵਾਸੂ ਜੀ ਉਹਦੇ ਉੱਪਰ ਕਮਿਸ਼ਨ ਬਣਦਾ 36000 ਡਾਲਰ ਤੇ ਉਹ GST ਉੱਤੇ ਲੈਦੀ ਪੈਂਦੀ ਆ ਸੋ ਤਕਰੀਬਨ 37 38000 ਡਾਲਰ ਉਹ ਬਾਇਰ ਦੇ ਜੋ ਉਹਨਾਂ ਨੂੰ ਪ੍ਰੋਸੀਡ ਜਾਣੀਆਂ ਉਹ ਚੋਂ ਕੱਟੇ ਜਾਂਦੇ ਨੇ ਅੱਛਾ ਇਹ ਤਾਂ BC ਦੀ ਗੱਲ ਆ Ontario ਦੇ ਵਿੱਚ ਕਮਿਸ਼ਨ ਐ ਤੋਂ ਵੀ ਜ਼ਿਆਦਾ Ontario ਦੇ ਵਿੱਚ ਇਟਸ ਅਬਾਊਟ ਅ ਫਲੈਟ ਫੀ ਆਫ ਅਬਾਊਟ 5% ਔਨ ਦੀ ਐਨਟਾਇਰ ਅ ਲਿਸਟ ਪ੍ਰਾਈਸ অর ਸੇਲ ਪ੍ਰਾਈਸ ਸੋ ਤੇਰੇ ਮਿਲੀਅਨ ਡਾਲਰ ਦਾ ਘਰ ਵਿਕਦਾ ਪਿਆ ਉੱਤੇ ਵਸੂ ਜੀ ਕਮਿਸ਼ਨ 50000 ਡਾਲਰ ਅੱਛਾ ਉੱਥੇ ਪੈਂਦੀ ਵੀ ਐਚਐਸਟੀ ਆ ਉੱਥੇ 50000 ਦੇ 13% ਟੈਕਸ ਪੈਂਦਾ ਉੱਤੇ ਤੇ ਜਿਹੜਾ ਉਹ ਟੈਕਸ ਆ ਉਹ ਵੀ ਅੱਗੇ ਨੇਚਰਚਰਲੀ ਜਿਹੜਾ ਸੈਲਰ ਆ ਉਹਦੀਆਂ ਪ੍ਰੋਸੀਡਸ ਦੇ ਵਿੱਚੋਂ ਕੱਟ ਕੇ ਉਹਨੂੰ ਤਾਂ ਉਹ ਪੈਸੇ ਆਉਣੇ ਨੇ ਸੋ ਕੰਪੀਟੀਸ਼ਨ ਬਿਊਰੋ ਇਹ ਦੇਖ ਰਿਹਾ ਵੀ ਕੀ ਇਹ ਜਿਹੜੇ ਸਿਸਟਮ ਹੈ ਦਾ ਅਗੇ ਇਹਦੇ ਵਿੱਚ ਕੋਈ ਤਬਦੀਲੀ ਜਾਂ ਕੋਈ ਤਰਮੀਮਾਂ ਦੀ ਲੋੜ ਰਿਅਲ ਈਸਟੇਟ ਹਾਊਸਿੰਗ ਅਫੋਰਡੇਬਿਲਿਟੀ ਬਾਰੇ ਬਹੁਤ ਗੱਲ ਹੁੰਦੀ ਆ ਕਿ ਬਾਏਰਸ ਵਾਸਤੇ ਸੇਲਰਸ ਵਾਸਤੇ ਜਿਹੜੀਆਂ ਕੋਈ ਐਡੀਸ਼ਨਲ ਕਾਸਟ ਨੇ ਉਹ ਕਿਵੇਂ ਘਟਾਈਆਂ ਜਾ ਸਕਦੀਆਂ ਨੇ ਤੇ ਇਸ ਚੀਜ਼ ਦੀ ਜਾਂਚ ਹੋ ਰਹੀ ਆ ਵੀ ਕੋਈ ਇਹਦੇ ਵਿੱਚ ਸਕੋਪ ਹੈ ਵੀ ਕਾਸਟ ਕਿਵੇਂ ਘਟਾਈ ਜਾ ਸਕੇ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਦਾ ਜ਼ਿਕਰ ਹੋ ਰਿਹਾ ਕਹਿੰਦੇ ਵੀ ਜਦੋਂ ਸੇਲਰ ਹੈ ਕਿਉਂਕਿ ਉਹਨੇ ਬਾਏਰਸ ਏਜੰਟ ਨੂੰ ਕਮਿਸ਼ਨ ਦੇਣੀ ਆ ਤੇ ਕਹਿੰਦੇ ਜੇ ਉਹ ਕਮਿਸ਼ਨ ਘੱਟ ਆਫਰ ਕਰਦਾ ਤਾਂ ਬਾਏਰ ਏਜੰਟ ਕਹਿੰਦੇ ਉਹ ਪ੍ਰਾਪਰਟੀ ਦਿਖਾਣੀ ਨਹੀਂ ਲੈ ਕੇ ਜਾਂਦਾ ਆਪਣੇ ਡਿਸਇਨਸੈਂਟਿਵ ਡਿਸਇਨਸੈਂਟਿਵ ਹੋ ਗਿਆ ਸੋ ਉਸ ਚੱਕਰ ਵਿੱਚ ਜਿਹੜੇ ਸੇਲਰ ਏਜ ਦੇਖਣ ਤਾਂ ਲੋ ਕਿ ਸੇਲਰ ਏਜੰਟ ਜਿਹੜੇ ਬਾਏਰ ਤੇ ਜਿਹੜੇ ਏਜੰਟ ਨੇ ਉਹਨਾਂ ਦੀ ਕਮਿਸ਼ਨ ਘਟਣੀ ਚਾਹੀਦੀ ਇਸ ਚੱਕਰ ਵਿੱਚ ਕਹਿੰਦੇ ਕਮਿਸ਼ਨ ਹੋਰ ਵੱਧ ਰਹੀ ਹੈ ਹਾਂ ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਕੁੰਡੀਆਂ ਨੇ ਇਹਨਾਂ ਦੀ ਜਾਂਚ ਕੀਤੀ ਜਾਣੀ ਹੈ ਕੰਪੀਟੀਸ਼ਨ ਬਿਊਰੋ ਵੱਲੋਂ ਤੇ ਦੇਖਦੇ ਹਾਂ ਇਸ ਕੇਸ ਦੇ ਵਿੱਚੋਂ ਕੀ ਨਿਕਲਦਾ ਇਹਦੇ ਬਾਰੇ ਵਾਸੂ ਜੀ ਕੰਪੀਟੀਸ਼ਨ ਬਿਊਰੋ ਵੱਲੋਂ ਲੋਕਾਂ ਤੋਂ ਇਨਪੁਟ ਵੀ ਲਿਆ ਜਾ ਰਿਹਾ ਬਾਏਰਸ ਤੋਂ ਸੇਲਰਸ ਤੋਂ ਜਿਹੜੇ ਲੋਕੀ ਰੀਅਲ ਏਸਟੇਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਤੋਂ ਤੇ ਇਹ ਜਿਹੜੀ ਕੰਸਲਟੇਸ਼ਨ ਆ ਇਹ 6 ਨਵੰਬਰ ਤੱਕ ਖੁੱਲੀ ਹੈ ਸੋ 6 ਨਵੰਬਰ ਤੱਕ ਇਹਦੇ ਵਿੱਚ ਆਪੋ ਆਪਣੇ ਜਿਹੜੇ ਕੋਈ ਫੀਡਬੈਕ ਆ ਉਹ ਸਾਂਝੀ ਕੀਤੀ ਜਾ ਸਕਦੀ ਹੈ ਦੇਖੋ ਰੀਅਲ ਏਸਟੇਟ ਕਮਿਸ਼ਨਸ ਨੂੰ ਲੈ ਕੇ ਨਾ ਵਾਸਤੇ ਜਿਹੜੀ ਡਿਸਕਸ਼ਨ ਆ ਉਹ ਬੜੀ ਕਈ ਵਾਰੀ ਹੀਟਡ ਹੋ ਜਾਂਦੀ ਹੈ ਖਾਸ ਤੌਰ ਤੇ ਕਿਉਂਕਿ ਇਹ ਪਰਸੈਂਟੇਜ ਆਫ ਦਾ ਪ੍ਰਾਈਸ ਆ ਕਿ ਜੇ ਕੋਈ ਘਰ ਜਦੋਂ ਮਾਰਕੀਟ ਖਾਸ ਤੌਰ ਤੇ ਬੜੀ ਹੌਟ ਹੋਈ ਹੁੰਦੀ ਹੈ ਨਾ ਇੱਥੇ ਅਸੀਂ ਬੀਸੀ ਦੇ ਵਿੱਚ ਤੇ ਜੀਟੀਏ ਦੇ ਵਿੱਚ ਵੇਖਿਆ ਕਿ ਪਿਛਲੇ ਸਾਲ ਜਿਹੜਾ ਘਰ ਜੇ ਮੰਨ ਲਓ 8 ਲੱਖ ਡਾਲਰ ਦਾ ਵਿਕਦਾ ਸੀ ਜੇ ਉਹ ਇਸ ਸਾਲ 12 ਲੱਖ ਦਾ ਵਿਕਣ ਲੱਗ ਗਿਆ 4 ਲੱਖ ਡਾਲਰ ਉਹਦੇ ਵਿੱਚ ਪ੍ਰਾਈਸ ਦਾ ਫਰਕ ਪੈ ਗਿਆ ਇਨ ਅ ਪਲੇਸ ਲਾਈਕ 온ਟਾਰੀਓ ਇਨ ਅ ਪਲੇਸ ਲਾਈਕ ਟੋਰਾਂਟੋ 4 ਲੱਖ ਦੇ ਪ੍ਰਾਈਸ ਦੇ ਵਿੱਚ ਵਾਧੇ ਦੇ ਨਾਲ ਕਮਿਸ਼ਨ ਦੇ ਵਿੱਚ ਫਰਕ ਪੈਗਾ 20000 ਡਾਲਰ ਦਾ ਕਮਿਸ਼ਨ 20000 ਡਾਲਰ ਵੱਧ ਗਈ ਕਿਉਂਕਿ ਉਹ ਤੇ ਸਿੱਧਾ ਸਿੱਧਾ ਉਹਦਾ ਅਮਾਉਂਟ ਹੈ ਇੱਥੇ ਆਪਣੇ BC ਦੇ ਵਿੱਚ 4 ਲੱਖ ਡਾਲਰ ਪ੍ਰਾਈਸ ਵਧਣ ਦੇ ਨਾਲ ਕਮਿਸ਼ਨ ਵੱਧ ਗਿਆ ਤਕਰੀਬਨ 13 13500 ਡਾਲਰ ਸੋ ਕਈਆਂ ਨੂੰ ਇਹ ਲੱਗਦਾ ਵੀ ਕੀ ਇਹ ਇੰਨਾ ਕਮਿਸ਼ਨ ਦੇ ਵਿੱਚ ਵਾਧਾ ਜਸਟੀਫਾਈਡ ਹੈ ਕਿਉਂਕਿ ਇਟਸ ਨਾਟ ਅ ਫਲੈਟ ਫੀ ਇਟਸ ਅ ਪਰਸੈਂਟੇਜ ਆਫ ਦੀ ਟੋਟਲ ਸੇਲ ਪ੍ਰਾਈਸ ਦੂਜਾ ਪਾਸੇ ਦਾ ਇਹ ਆ ਕਿ ਜਿਹੜੀ ਰੀਅਲ ਏਸਟੇਟ ਇੰਡਸਟਰੀ ਆ ਜਦੋਂ ਤੇ ਵਾਸੂ ਜੀ ਇੰਡਸਟਰੀ ਚੱਲ ਰਹੀ ਹੁੰਦੀ ਆ ਉਦੋਂ ਲੋਕਾਂ ਨੂੰ ਦੇਖਦਾ ਆ ਕਿ ਨਾ ਜਦੋਂ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਪੋਸਟ ਆਉਂਦੀਆਂ ਸੋਲਡ ਸੋਲਡ ਯੈਟ ਅਨਦਰ ਵਨ ਸੋਲਡ ਥਿਸ ਮਨੀ ਥਿਸ ਮੰਥ ਐਂਡ ਆਲ ਦੈਟ ਪਰ ਜਦੋਂ ਮਾਰਕੀਟ ਦੇ ਵਿੱਚ ਖੜੋਤ ਆਈ ਹੁੰਦੀ ਆ ਜੋ ਪਿਛਲੇ ਸਾਲ ਦੋ ਸਾਲ ਦੇ ਵਿੱਚ ਰਿਹਾ ਉਦੋਂ ਫਿਰ ਜਿਹੜੇ ਰੀਅਲ ਏਸਟੇਟ ਪ੍ਰੋਫੈਸ਼ਨ ਦੇ ਵਿੱਚ ਕੁਝ ਵਿਅਕਤੀ ਨੇ ਉਹ ਪਰੇਸ਼ਾਨ ਵੀ ਡਾਡੇ ਹੁੰਦੇ ਨੇ ਕਿਉਂਕਿ ਕੈਸ਼ ਫਲੋ ਡਰਾਈ ਅਪ ਹੋ ਜਾਂਦਾ ਪੀਜ਼ਾ ਸਟੋਰ ਚ ਬੜੇ ਪੈਸੇ ਬਣਦੇ ਪਈ। ਹਾਂ ਇਹ ਜਿਦਾਂ ਇਦਾਂ ਦੀ ਬੜੀਆਂ ਨਾ ਮਾਨਤਾਵਾਂ ਨਹੀਂ। ਸੋ ਪੀਜ਼ਾ ਸਟੋਰ ਬਹੁਤ ਸਾਰੇ ਨੇ ਜਿਹੜੇ ਖੁੱਲ ਕੇ ਕਈ ਬੰਦ ਵੀ ਹੋ ਜਾਂਦੇ ਆ। ਬਹੁਤੇ ਬੰਦ ਹੋ ਜਾਂਦੇ ਆ। ਇੱਕ ਅੱਧਾ ਜਿਹੜਾ ਕੋਈ ਚੱਲਦਾ ਸਾਨੂੰ ਉਹ ਨਜ਼ਰ ਆਉਂਦਾ। ਤੇ ਉਹ ਉਹਦੇ ਪਿੱਛੇ ਕਿੰਨੀ ਮਿਹਨਤ ਆ, ਕਿੰਨਾ ਸਟਰਗਲ ਆ, ਕਿੰਨੇ ਸੈਕਰੀਫਾਈਸਰਸ ਨੇ ਉਹ ਨਹੀਂ ਦਿਸਦੇ। ਉਸੇ ਤਰ੍ਹਾਂ ਰੀਅਲ ਏਸਟੇਟ ਦੇ ਵਿੱਚ ਸਾਨੂੰ ਜਿਹੜੇ ਕੋਈ ਬਹੁਤ ਹੀ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਵਗੈਰਾ ਪਾਉਂਦੇ ਨੇ ਕੁਝ ਸਕਸੈਸਫੁਲ ਰੀਅਲਟਰਸ ਨੇ ਉਹ ਜ਼ਿਆਦਾ ਨਜ਼ਰ ਆਉਂਦੇ ਨੇ ਲੱਗਦਾ ਕਿ ਯਾਰ ਰੀ ਮਿਹਨਤ ਵੀ ਬੜੀ ਆ ਤੇ ਉਹਦੇ ਵਿੱਚ ਐਸ ਯੂ ਪੁਆਇੰਟਡ ਆਊਟ ਕਿ ਆਫ ਸੀਜ਼ਨ ਆਂਦਾ ਹੁਣ ਪਿੱਛੇ ਜਿਹੜੇ 3-4 ਸਾਲ ਬੜੇ ਔਖੇ ਕੱਟੇ ਨੇ ਸਾਰਿਆਂ ਨੇ ਤੇ ਵਿਦਨ ਦਾ ਫਰਸਟ 5 ਇਅਰਸ ਆਈ ਵਾਸ ਰੀਡਿੰਗ ਅ ਸਟਡੀ ਕਿ ਪਹਿਲੇ 5 ਸਾਲਾਂ ਦੇ ਅੰਦਰ ਅੰਦਾ ਜਿਹੜੇ ਨਵੇਂ ਰੀਅਲਟਰ ਬਣਦੇ ਨੇ 80% 5 ਸਾਲਾਂ 'ਚ ਕੰਮ ਛੱਡ ਜਾਂਦੇ ਨੇ 80% ਐਗਜੈਕਟਲੀ ਯਾ ਸੋ ਯਾ ਦੇ ਅੱਛਾ ਵੀ ਜੀ ਹੁਣ ਮੈਸੇਜ ਆਇਆ ਜਿਹੜੀ ਅਸੀਂ ਪਹਿਲਾਂ ਡਿਸਕਸ਼ਨ ਕਰ ਰਹੇ ਸੀ ਜਤਿੰਦਰ ਢੇਸੀ ਜੀ ਦਾ ਮੈਸੇਜ ਆ ਹੈ ਕਹਿੰਦੇ ਆਈ ਲਿਟਰਲੀ ਹੈਡ ਐਨ ਆਰਗੂਮੈਂਟ ਵਿਦ ਮਾਈ ਏਜੰਟ ਅਬਾਊਟ ਸੇਲਿੰਗ ਮਾਈ ਹਾਊਸ ਹਾਂ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਤੁਹਾਨੂੰ ਕਿੰਨੇ ਪੈਸੇ ਦੇਣੇ ਤੁਹਾਡੀ ਸਰਵਿਸ ਲਈ ਕਹਿੰਦੇ ਉਹਨਾਂ ਨੇ ਜਿਹੜਾ ਅਮਾਉਂਟ ਦੱਸਿਆ ਕਹਿੰਦੇ ਆ ਵਾਸ ਸਰਪ੍ਰਾਈਜ਼ ਟੂ ਨੋ ਦਟ ਅਮਾਉਂਟ ਜੀ ਤੇ ਇਹ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਮੈਨੂੰ ਤੁਹਾਡੀਆਂ ਸਰਵਿਸਿਜ਼ ਨਹੀਂ ਚਾਹੀਦੀਆਂ ਤੇ ਕਹਿੰਦੇ ਦੈਨ ਹੀ ਡੇਡ ਮੀ ਟੂ ਸੇਲ ਦ ਹਾਊਸ ਔਨ ਮਾਈ ਓਨ because he knows that realtors will not bring any buyers to my property as i'm trying to sell on my own kende je main aap vechan di koshish kar reha ha te kende mere kol koi buyer kisi agent ne laake <laughs> nahi ana so the crux of the whole problem is this ke kayianu hun bas ohi dekho bahut sari industries ho jiyan ne jide vich lokan da access jadon behtar hoya edda nahi industries khatam ho gayi ਟਰੈਵਲ ਇੰਡਸਟਰੀ ਇਜ਼ ਐਨ ਐਗਜ਼ਾਮਪਲ ਪਹਿਲਾਂ ਤੁਸੀਂ ਇਹ ਟਿਕਟ ਬੁੱਕ ਕਰਨੀ ਹੁੰਦੀ ਸੀ ਵਕੇਸ਼ਨ ਪੈਕੇਜ ਬੁੱਕ ਕਰਨਾ ਹੁੰਦਾ ਸੀ ਆਪ ਤੁਸੀਂ ਨਹੀਂ ਸੀ ਕਰ ਸਕਦੇ ਹੁੰਦੇ ਯੂ ਹੈਡ ਟੂ ਗੋ ਟੂ ਅ ਟਰੈਵਲ ਏਜੰਟ ਕੀ ਤੁਸੀਂ ਹੁਣ ਖੁਦ ਟਿਕਟਾਂ ਬੁੱਕ ਕਰ ਸਕਦੇ ਹੋ ਵਕੇਸ਼ਨ ਪੈਕੇजेस ਬੁੱਕ ਕਰ ਸਕਦੇ ਹੋ ਯਕੀਨਨ ਕੀ ਟਰੈਵਲ ਏਜੰਟਸ ਦਾ ਕੰਮ ਖਤਮ ਹੋ ਗਿਆ ਬਿਲਕੁਲ ਨਹੀਂ ਖਤਮ ਹੋਇਆ ਲੋਕਾਂ ਦੀ ਐਕਸੈਸਿਬਿਲਟੀ ਬਿਹਤਰ ਹੋ ਗਈ ਕਈ ਹੋਮ ਓਨਰਸ ਨੂੰ ਸੈਲਰਸ ਨੂੰ ਲੱਗਦਾ ਵੀ ਜਿਹੜੀ ਪ੍ਰੋਪਰਟੀ ਅਸੀਂ ਵੇਚਣੀ ਆ ਉਹਦੇ ਉੱਪਰ ਜਿਹੜਾ ਸਾਡਾ ਹੁਣ ਲੈਵਲ ਆਫ ਕੰਟਰੋਲ ਹੈ ਓਵਰ ਦਾ ਪ੍ਰੋਸੈਸ ਉਹ ਬੜਾ ਘਟ ਗਿਆ ਹੋਇਆ ਤੇ ਜਦੋਂ ਵਾਸੋ ਜੀ ਕਈ ਦੇਖੋ ਹਰ ਪ੍ਰੋਫੈਸ਼ਨ ਦੇ ਵਿੱਚ ਕੁਝ ਅਜਿਹੇ ਬੈਡ ਐਪਲਸ ਹੁੰਦੇ ਨੇ ਰੀਅਲ ਏਸਟੇਟ ਪ੍ਰੋਫੈਸ਼ਨਲਸ ਦੇ ਸ਼ਾਮਲ ਹੋਣ ਦੇ ਬਾਵਜੂਦ ਉਹਨਾਂ ਦੀ ਸ਼ਮੂਲੀਅਤ ਦੇ ਬਾਵਜੂਦ ਫਰਾਡ ਹੋ ਜਾਂਦਾ ਉਹਨਾਂ ਦੀ ਸ਼ਮੂਲੀਅਤ ਦੇ ਬਾਵਜੂਦ ਕਈ ਵਾਰੀ ਕੋਈ ਇਹੋ ਜਿਹਾ ਇਹੋ ਜੀ ਤਾਂ ਦੇ ਲਈ ਹੋ ਜਾਂਦੀ ਜਿਹੜੀ ਬੰਦੇ ਨੇ ਸੋਚੀ ਤੱਕ ਨਹੀਂ ਹੁੰਦੀ ਫੇਰ ਮਨ ਦੇ ਵਿੱਚ ਗੱਲ ਆਉਂਦੀ ਹੈ ਵੀ ਜੇ ਕਿਤੇ ਜੇ ਪਰਪਸ ਕਿ ਰੀਅਲ ਏਸਟੇਟ ਪ੍ਰੋਫੈਸ਼ਨਲ ਦੀ ਮੌਜੂਦਗੀ ਨਾਲ ਤੁਹਾਨੂੰ ਇੱਕ ਪ੍ਰੋਟੈਕਟਿਵ ਸ਼ੀਲਡ ਮਿਲੇਗੀ ਜੋ ਪ੍ਰੋਟੈਕਟਿਵ ਸ਼ੀਲਡ ਵੀ ਨਹੀਂ ਹੈ ਤਾਂ ਫਿਰ ਇੰਨੇ ਐਗਜ਼ਾਰਬਿਟੈਂਟ ਕਮਿਸ਼ਨਸ ਕੀ ਉਹ ਜਸਟੀਫਾਈਡ ਹੈਗੇ ਨੇ ਕਿ ਨਹੀਂ देयर ਆਰ ਪੀਪਲ ਜਿਨ੍ਹਾਂ ਦਾ ਆਪਣੇ ਰੀਅਲਟਰਸ ਦੇ ਨਾਲ ਦਹਾਕਿਆਂ ਤੋਂ ਬਹੁਤ ਵਧੀਆ ਰਿਲੇਸ਼ਨਸ਼ਿਪ ਆ ਆਰ देयर ਪੀਪਲ ਜਿਹੜੇ ਕਿ ਕਮਿਸ਼ਨ 네ਗੋਸ਼ੀਏਟ ਕਰਦੇ ਨੇ ਬਿਲਕੁਲ ਕਰ ਲੈਂਦੇ ਨੇ ਆਰ देयर ਪੀਪਲ ਜਿਨ੍ਹਾਂ ਨੂੰ ਕਿ ਉਹਨਾਂ ਦਾ ਰੀਅਲਟਰ ਖੁਦ ਕਮਿਸ਼ਨ ਤੋਂ ਬਾਅਦ ਕੈਸ਼ਬੈਕ ਦੇ ਦਿੰਦਾ ਇਹ ਵੀ ਚੱਲਦਾ ਇੰਡਸਟਰੀ ਦੇ ਵਿੱਚ ਉਹ ਹੋ ਰਿਹਾ ਪਰ ਜਿਹੜਾ ਓਵਰਆਲ ਸਟਰਕਚਰ ਆ ਜਿਹੜਾ ਫਾਰਮੂਲਾ ਦਾ ਫੈਕਟ ਦੈਟ ਦੀ ਕਮਿਸ਼ਨ ਇਜ਼ ਦੀ ਪਰਸੈਂਟੇਜ ਆਫ ਦਾ ਸੇਲ ਪ੍ਰਾਈਸ ਆਈ ਥਿੰਕ ਗਲੋਥੇ ਖੜੀ ਆ ਬਿਲਕੁਲ ਤੇ ਇਸ ਵੇਲੇ ਜੋ ਅੰਕੜੇ ਕਹਿੰਦੇ ਨੇ ਰੀਅਲ ਏਸਟੇਟ ਦੇ ਕਿ ਇਟਸ ਅ ਬਾਏਰਸ ਮਾਰਕੀਟ ਰਾਈਟ ਨਾਓ ਤੇ ਸੋ ਹੁਣ ਉਹਦੀ ਇੱਕ ਮਿਸਾਲ ਆ ਕਹਿੰਦੇ ਕਿ ਅਸੀਂ ਆਪਣਾ ਘਰ ਕਹਿੰਦੇ ਮੇਰਾ ਨਾਮ ਨਾ ਲਿਓ ਕਹਿੰਦੇ ਅਸੀਂ ਘਰ ਵੇਚਣਾ ਸੀ 10000 ਡਾਲਰ ਕਹਿੰਦੇ ਬੋਨਸ ਕਮਿਸ਼ਨ ਆਫਰ ਕਰਨੀ ਪਈ ਤਾਂ ਕਿ ਜਿਹੜੇ ਬਾਏਰ ਏਜੰਟਸ ਨੇ ਉਹ ਸਾਡੇ ਘਰ ਨੂੰ ਦੇਖਣ ਵਾਸਤੇ ਕਲਾਇੰਟਸ ਲੈ ਕੇ ਆ ਜੀ ਯਾ 10000 ਕਹਿੰਦੇ ਬ